ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਮਰੀਕ ਸਿੰਘ ਕੈਲੀਫੋਰਨੀਆ ਤੋਂ। 21 ਤਰੀਕ ਨੂੰ ਸਟਿਮੂਲਸ ਬਿੱਲ ਜਿਹੜਾ ਪਾਸ ਕਰ ਦਿੰਦਾ ਹਾਊਸ ਦੇ, ਟਰੰਪ ਦੇ ਸਿਗਨੇਚਰਾਂ ਵਾਸਤੇ ਭੇਜ ਦਿੱਤਾ ਜਾਂਦਾ। ਉਸ ਤੋਂ ਬਾਅਦ ਟਰੰਪ ਇਹ ਕਹਿ ਕੇ ਨਾਂਹ ਕਰ ਦਿੰਦਾ ਕਿ $600 ਬਹੁਤ ਥੋੜ੍ਹਾ ਆ, ਇਹਨੂੰ ਵਧਾ ਕੇ $1200 ਜਾਂ $2000 ਕੀਤਾ ਜਾਏ। ਇਹਦੇ ਆਲੇ ਦੁਆਲੇ ਸਿਆਸਤ ਚੱਲ ਰਹੀ ਆ, ਹੁਣ ਤੱਕ ਵੀ ਬਹੁਤ ਘੱਟ ਸੰਭਾਵਨਾਵਾਂ ਕਿ ਇਹ ਵਾਲਾ ਬਿੱਲ ਜਿਹੜਾ ਇਹ ਪਾਸ ਹੋ ਜਾਏ। ਜੇ ਬਿੱਲ ਪਾਸ ਨਹੀਂ ਵੀ ਹੁੰਦਾ, ਇਹ ਵਾਪਸ ਹਾਊਸ ਦੇ ਵਿੱਚ ਚਲਾ ਜਾਂਦਾ ਬਹਿਸ ਹੋਣ ਵਾਸਤੇ, ਅਤੇ ਉਹਦੇ ਵਿੱਚ ਜਿਹੜਾ ਮੁੱਦਾ ਵਾ ਉਹ ਰਹੇਗਾ ਕਿ $600 ਤੋਂ $2000 ਜਾਂ $1200 ਕੀਤਾ ਜਾਣਾ ਚਾਹੀਦਾ। ਉਸ ਤੋਂ ਇਲਾਵਾ ਹੋਰ ਜਿੰਨੀਆਂ ਵੀ ਚੀਜ਼ਾਂ ਉਹਦੇ ਵਿੱਚ ਬਦਲਾਅ ਦੇ ਚਾਂਸ ਜਿਹੜੇ ਬਹੁਤ ਘੱਟ ਆ। ਇਹਦੇ ਵਿੱਚ ਜਿਹੜੀਆਂ ਮੇਨ ਚੀਜ਼ਾਂ ਸੀਗੀਆਂ ਉਹ ਸੀਗੀਆਂ $300 ਜਿਹੜੀ ਅਨਇੰਪਲੋਇਮੈਂਟ ਹਰ ਹਫ਼ਤੇ ਜਿਹੜੀ ਆ ਉਹ ਫੈਡਰਲ ਵੱਲੋਂ ਦਿੱਤੀ ਜਾ ਰਹੀ ਆ, ਜਿਹੜੀ ਉਹ ਐਡ ਕੀਤੀ ਗਈ ਆ। $100 ਐਕਸਟਰਾ ਜਿਹੜਾ ਵਾ ਅਨਇੰਪਲੋਇਮੈਂਟ ਬੂਸਟ, ਅਤੇ ਇਵਿਕਸ਼ਨ ਬੈਨ, ਜੇ ਤੁਸੀਂ ਕਿਰਾਏਦਾਰ ਆ ਤਾਂ ਤੁਹਾਨੂੰ ਜਿਹੜਾ ਤੁਹਾਡਾ ਮਕਾਨ ਮਾਲਕ ਆ ਉਹ ਕੱਢ ਨਹੀਂ ਸਕਦਾ, ਉਹ ਜਿਹੜੀ ਇਵਿਕਸ਼ਨ ਬੈਨ ਵੀ ਉਹ ਇਸ ਮਹੀਨੇ 'ਚ ਖਤਮ ਹੋ ਜਾਂਦਾ ਸੀਗਾ। ਜੇ ਇਹ ਬਿੱਲ ਪਾਸ ਹੁੰਦਾ ਫਿਰ ਹੀ ਉਹ ਅੱਗੇ ਜਨਵਰੀ ਤੱਕ ਵੱਧ ਜਾਣਾ ਸੀਗਾ। ਇਸ ਤੋਂ ਇਲਾਵਾ 1000 ਤੋਂ ਲੈ ਕੇ 10000 ਤੱਕ ਦੀ ਜਿਹੜੀ EIDL ਗ੍ਰਾਂਟ ਅਤੇ ਲੋਨ ਜਿਹੜੇ ਆ ਉਹਨਾਂ ਦੀ ਪ੍ਰੋਵੀਜ਼ਨ ਰੱਖੀ ਗਈ ਸੀਗੀ। EIDL ਗ੍ਰਾਂਟ ਅਤੇ ਲੋਨ ਦੇ ਵਿੱਚ ਫਰਕ ਆ, ਉਹਦੇ ਬਾਰੇ ਉਹਨੂੰ ਸਮਝਣ ਵਾਸਤੇ ਮੈਂ ਇੱਕ ਹੋਰ ਵੀਡੀਓ ਬਣਾ ਕੇ ਤੁਹਾਨੂੰ ਡਿਟੇਲ 'ਚ ਦੱਸਾਂਗਾ ਕਿ ਜਿਹੜੀ ਗ੍ਰਾਂਟ ਅਤੇ ਲੋਨ ਜਿਹੜੀ ਉਹ ਕਿਵੇਂ ਇੱਕ ਦੂਜੇ ਤੋਂ ਅੱਡ ਅੱਡ ਨੇ। PPP ਲੋਨ ਜਿਹੜਾ, ਪੇਰੋਲ ਪ੍ਰੋਟੈਕਸ਼ਨ ਪ੍ਰੋਗਰਾਮ ਜਿਹੜਾ, ਉਹ ਵੀ ਇਸ ਸਟਿਮੂਲਸ ਜਿਹੜਾ ਬਿੱਲ ਸੀਗਾ ਇਹਦਾ ਹਿੱਸਾ ਸੀਗਾ, ਉਹਦੇ ਵਿੱਚ ਵੀ ਕੋਈ ਬਦਲਾਅ ਹੋਣ ਦੇ ਚਾਂਸ ਨਹੀਂ ਲੱਗ ਰਹੇ। ਅਤੇ ਜੇ ਤੁਸੀਂ ਪੋਜ਼ਿਟਿਵ ਆ ਜਾਂਦੇ ਆ ਕੋਵਿਡ ਦੇ ਨਾਲ ਅਤੇ ਤੁਸੀਂ ਕੰਮ 'ਤੇ ਨਹੀਂ ਜਾਂਦੇ, ਤੁਹਾਨੂੰ 14 ਦਿਨ ਦਾ ਜਿਹੜੀ ਆ ਸਰਕਾਰ ਵੱਲੋਂ ਪੇ ਕੀਤਾ ਜਾਂਦਾ ਤੁਹਾਡੀ ਤਨਖਾਹ, ਉਹ ਜਿਹੜਾ ਇਹ ਵੀ ਇਸ ਬਿੱਲ ਦਾ ਹਿੱਸਾ ਸੀਗਾ। ਮੇਰੇ ਹਿਸਾਬ ਨਾਲ ਸਾਨੂੰ ਸਾਰਿਆਂ ਨੂੰ ਇਹ ਗ੍ਰਾਂਟ ਦਾ ਜਿਹੜਾ ਵਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਵਾ। ਜੇ ਤੁਸੀਂ ਵਰਕ ਪਰਮਿਟ 'ਤੇ ਵੀ ਕੰਮ ਕਰਦੇ ਹਾਂ ਤਾਂ ਇਸ ਗ੍ਰਾਂਟ ਦਾ ਅਤੇ ਲੋਨ ਦਾ ਤੁਹਾਡੇ ਕੇਸ ਦੇ ਉੱਪਰ ਕੋਈ ਅਸਰ ਨਹੀਂ ਹੈਗਾ। ਅਤੇ ਇਹ ਸਾਰਿਆਂ ਨੂੰ ਤੁਸੀਂ ਇਨਕਰਜ ਕਰੋ ਕਿ ਜਿਨ੍ਹਾਂ ਨੇ ਪਹਿਲਾਂ ਅਪਲਾਈ ਕੀਤਾ ਵੀ ਹੈਗਾ ਵਾ ਉਹ ਵੀ ਇਸ ਵਾਸਤੇ ਤਿਆਰੀ ਕਰਨ, ਤਿਆਰੀ ਰੱਖਣ, ਅਤੇ ਜਦੋਂ ਹੀ ਇਹ SBA ਜਿਹੜਾ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਜਦੋਂ ਇਹਦੀਆਂ ਗਾਈਡਲਾਈਨ ਜਾਰੀ ਕਰ ਦਿੰਦਾ ਬਿੱਲ ਪਾਸ ਹੋਣ ਤੋਂ ਬਾਅਦ, ਅਤੇ ਉਦੋਂ ਹੀ ਸਾਰਿਆਂ ਨਾਲ ਹੋਰ ਜਾਣਕਾਰੀ ਸਾਂਝੀ ਕਰਾਂਗੇ ਕਿ ਕਿਵੇਂ ਤੁਸੀਂ ਅਪਲਾਈ ਕਰਨਾ, ਕਿੱਥੇ ਅਪਲਾਈ ਕਰਨਾ। ਲਿੰਕ ਵੀ ਮੈਂ ਉਹਦੇ ਵਿੱਚ ਸ਼ੇਅਰ ਕਰੂੰਗਾ, ਅਤੇ ਸਾਰੇ ਵੀਰ ਭਰਾ ਵੱਧ ਤੋਂ ਵੱਧ ਇਸ ਗ੍ਰਾਂਟ ਦਾ ਅਤੇ ਲੋਨ ਦਾ ਆਪਾਂ ਫਾਇਦਾ ਚੱਕ ਸਕੀਏ। ਇਸ ਤੋਂ ਇਲਾਵਾ ਤੁਸੀਂ ਵੀ ਚੈਨਲ ਨਾਲ ਜੁੜੇ ਹਾਂ, ਜੇ ਹੋਰਾਂ ਨੂੰ ਵੀ ਤੁਸੀਂ ਚੈਨਲ ਨਾਲ ਜੋੜੋ, ਜਿਹੜਾ ਅਸੀਂ ਵੱਧ ਤੋਂ ਵੱਧ ਜਿਹੜੀ ਜਾਣਕਾਰੀ ਹੈ ਸਾਰਿਆਂ ਦੇ ਵਿੱਚ ਵੰਡ ਸਕੀਏ ਅਤੇ ਸਾਰੇ ਜਣੇ ਇਹਦਾ ਰਲ ਮਿਲ ਕੇ ਫਾਇਦਾ ਲੈ ਸਕੀਏ। ਡਿਸਕ੍ਰਿਪਸ਼ਨ ਦੇ ਵਿੱਚ ਮੈਂ M1 ਅਤੇ ਵੀਬੁਲ ਜਿਹੜੇ ਇਹ ਦੋ ਕੰਪਨੀਆਂ ਦੇ ਲਿੰਕ ਸ਼ੇਅਰ ਕੀਤੇ ਆ, ਤੁਸੀਂ ਬੜੇ ਹੀ ਸੌਖੇ ਤਰੀਕੇ ਨਾਲ ਇੱਥੇ ਸਾਈਨ ਅਪ ਕਰੋ, ਆਪਣਾ ਅਕਾਊਂਟ ਬੈਂਕ ਅਕਾਊਂਟ ਲਿੰਕ ਕਰੋ, $100 ਘੱਟੋ ਘੱਟ ਜਿਹੜਾ ਵਾ ਉਹਦੇ ਨਾਲ ਆਪਣਾ ਅਕਾਊਂਟ ਫੰਡ ਕਰੋ। ਇਹਦੇ ਵਿੱਚ ਤੁਸੀਂ ਆਪਣਾ ਬ੍ਰੋਕਰੇਜ ਅਕਾਊਂਟ, ਆਪਣਾ ਰੋਥ IRA ਅਕਾਊਂਟ, 401k ਅਕਾਊਂਟ, ਕੋਈ ਵੀ ਅਕਾਊਂਟ ਜਿਹੜੇ ਖੋਲ੍ਹ ਸਕਦੇ ਆ। ਅਤੇ ਜੇ ਤੁਸੀਂ M1 ਫਾਈਨੈਂਸ ਦੇ ਵਿੱਚ ਅਕਾਊਂਟ ਖੋਲ੍ਹ ਕੇ $100 ਪਾਉਂਦੇ ਹਾਂ ਤਾਂ ਤੁਹਾਨੂੰ $10 ਦਾ ਜਿਹੜਾ M1 ਫਾਈਨੈਂਸ ਵੱਲੋਂ ਬੋਨਸ ਮਿਲੂਗਾ। ਵੀਬੁਲ ਦੇ ਵਿੱਚ ਅਕਾਊਂਟ ਖੋਲ੍ਹਦੇ ਹਾਂ ਤਾਂ ਤੁਹਾਨੂੰ $100 ਫੰਡ ਕਰਦੇ ਹਾਂ ਅਤੇ ਨਾਲ ਦੀ ਨਾਲ ਹੀ ਤੁਹਾਨੂੰ ਦੋ ਜਿਹੜੇ ਫ੍ਰੀ ਸਟਾਕ ਆ ਉਹ ਵੀਬੁਲ ਵੱਲੋਂ ਦਿੱਤੇ ਜਾਣਗੇ। ਚੈਨਲ ਨਾਲ ਜੁੜਨ ਵਾਸਤੇ ਧੰਨਵਾਦ। ਅਗਲੀ ਵੀਡੀਓ 'ਚ ਕੋਈ ਹੋਰ ਵਧੀਆ ਜਾਣਕਾਰੀ ਸਾਂਝੀ ਕਰਾਂਗੇ। ਰੱਬ ਰਾਖਾ।